ਮਿੰਟ ਤੇ 30 ਸਕਿੰਟ ਦਾ ਆ ਤੁਹਾਨੂੰ ਯਾਦ ਹੋਣਾ ਹੈ ਕਿ ਸਾਲ 2019 ਦੇ 9 ਨਵੰਬਰ ਨੂੰ ਕੀ ਹੋਇਆ ਸੀ ਇੱਕ ਖੁਸ਼ਖਬਰੀ ਸੀ ਜਾਂ ਉਸ ਦਿਨ ਦੀ ਉਡੀਕ ਸੀ ਜਾਂ ਉਹ ਸੁਪਨਾ ਸੀ ਜਿਹੜਾ ਉਸ ਦਿਨ ਸਾਕਾਰ ਹੋਇਆ ਖਾਸ ਕਰਕੇ ਪੰਜਾਬੀਆਂ ਦਾ ਜਦੋਂ ਕਰਤਾਰਪੁਰ ਸਾਹਿਬ ਲੰਗ ਜਿਹੜਾ ਕੋਰੀਡੋਰ ਹੈ ਜਿਹੜਾ ਉਹ ਖੋਲ ਦਿੱਤਾ ਗਿਆ ਸੀ। ਔਰ ਉਥੇ ਜੋ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਨੇ ਆਪਣੇ ਆਖਰੀ ਦਿਨ ਜਿਹੜੇ گزارੇ ਸੀ ਉਥੇ ਗੁਰਦੁਆਰੇ ਦੇ ਦਰਸ਼ਨ ਦੇਦਾਰ ਲਈ ਭਾਰਤ ਦੇ ਵਿੱਚ ਵੱਸਦੇ ਲੋਕਾਂ ਨੂੰ ਜਾਂ ਖਾਸ ਕਰਕੇ ਮੈਂ ਪੰਜਾਬੀਆਂ ਦੀ ਗੱਲ ਕਵਾਂ ਤਾਂ ਉਥੇ ਜਾਣ ਦੀ ਆਗਿਆ ਜਿਹੜੀ ਉਹ ਮਿਲੀ ਸੀ। ਫਿਰ ਆਇਆ ਜੀ ਕਰੋਨਾ ਤੇ ਕਰੋਨੇ ਕਰਕੇ ਇਹ ਕੋਰੀਡੋਰ ਫਿਰ ਬੰਦ ਹੋ ਗਿਆ ਹੁਣ ਫੇਰ ਖੁੱਲਿਆ 18 ਨਵੰਬਰ 2021 ਨੂੰ ਹੁਣ ਵੀ ਨਾਨਕ ਪਾਤਸ਼ਾਹ ਦੇ ਗੁਰਪੁਰਪਤੋਂ ਜਾਂ ਉਹਨਾਂ ਦੇ ਪ੍ਰਕਾਸ਼ ਪੁਰਪਤੋਂ ਸਿਰਫ ਇੱਕ ਦਿਨ ਪਹਿਲਾਂ ਖੁਸ਼ੀ ਦੀ ਲਹਿਰ ਫੇਰ ਫੈਲੀ ਉਹਨ ਸਵਾਲ ਇਹ ਹੈ ਕਿ ਜੇਕਰ ਕਿਸੇ ਨੇ ਉੱਥੇ ਜਾਣਾ ਹੈ ਤਾਂ ਇਹ ਤਾਂ ਹੈ ਨਹੀਂਗਾ ਵੀ ਬੰਦਾ ਇੱਥੋਂ ਕਾਰ 'ਚ ਬੈਠੂਗਾ ਜਾਂ ਬੱਸ 'ਚ ਬੈਠੂਗਾ ਤਾਂ ਸਿੱਧਾ ਉੱਥੇ ਚਲਾ ਜਾਊਗਾ ਥੋੜੀ ਜਿਹੀ ਇੱਕ ਪ੍ਰਕਿਰਿਆ ਹੈ ਜਿਹਦੀ ਪਾਲਣਾ ਕਰਕੇ ਹੀ ਅਸੀਂ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਵਿੱਚ ਨਤਮਸਤਕ ਹੋ ਸਕਦੇ ਹਾਂ ਸੋ ਇਹ ਪ੍ਰਕਿਰਿਆ ਕੀ ਹੈ ਇਹ ਜਾਣਨ ਲਈ ਆਪਾਂ ਨੂੰ ਚੱਲਣਾ ਪੈਣਾ ਹੈ ਜੀ ਦੈਨਿਕ ਜਾਗਰਣ ਅਖਬਾਰ ਦੇ ਬਿਊਰੋ ਚੀਫ ਸ਼੍ਰੀ ਗੁਰਪ੍ਰੇਮ ਸਿੰਘ ਲੈਰੀ ਹੋਰਾਂ ਦੇ ਕੋਲ ਜਿਹੜੇ ਕਿ ਹੁਣੇ-ਹੁਣੇ ਜਾਨੀ ਕਿ ਜਦੋਂ ਕੋਰੀਡੋਰ ਖੁੱਲਿਆ ਤਾਂ ਪਹਿਲੇ ਦਿਨ ਹੀ ਉੱਥੇ ਦਰਸ਼ਨ ਦੇਦਾਰਾਂ ਲਈ ਪਹੁੰਚੇ ਹੋਏ ਸੀਗੇ ਤੇ ਇਹਨਾਂ ਨੂੰ ਫਰਸਟ ਹੈਂਡ ਜਾਂ ਜਿਹੜੀ ਬਿਲਕੁਲ ਅਮਲੀ ਜਾਣਕਾਰੀ ਹੈ ਕਿ ਇਸ ਪ੍ਰਕਿਰਿਆ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਔਰ ਆਪਣੀ ਜੋ ਇੱਛਾ ਹੈ ਕਰਤਾਰਪੁਰ ਸਾਹਿਬ ਜਾਣ ਦੀ ਉਸ ਨੂੰ ਪੂਰਨ ਕੀਤਾ ਜਾ ਸਕਦਾ ਸੋ ਕੀ ਕਹਿੰਦੇ ਆ ਜੀ ਗੁਰਪ੍ਰੇਮ ਲੈਰੀ ਇਸ ਬਾਰੇ ਆਓ ਸੁਣਦੇ ਹਾਂ ਜੀ ਲੈਰੀ ਸਾਹਿਬ ਦੀ ਹੀ زبانی શ્રી ਗੁਰਪ੍ਰੇਮ ਸਿੰਘ ਲੈਰੀ ਜੀ ਕਾਸ਼ਵਨੀ ਐਫ ਐਮ ਪਟੰਡਾ ਦੇ ਪ੍ਰਸਾਰਣ ਚਾਪ ਜੀ ਨੂੰ ਜੀ ਆਇਆਂ ਨੂੰ ਆਖਦੇ ਆ ਜਨਾਬ ਬਹੁਤ ਬਹੁਤ ਮਿਹਰਬਾਨੀ ਸਰ ਲੈਰੀ ਸਾਹਿਬ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਜੀ ਕਿ ਜਦੋਂ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲਿਆ ਸੀਗਾ 18 ਤਾਰੀਖ ਨੂੰ ਯਾਨੀ ਕਿ ਗੁਰਪੁਰਬ ਤੋਂ ਸਿਰਫ ਇੱਕ ਦਿਨ ਪਹਿਲਾਂ ਤਾਂ ਤੁਸੀਂ ਉਹਨਾਂ ਲੋਕਾਂ ਚੋਂ ਇੱਕ ਹੋ ਜਿਹੜੇ ਕਿ ਪਹਿਲੇ ਦਿਨ ਹੀ ਜਿਨ੍ਹਾਂ ਨੂੰ ਉੱਥੇ ਨਤਮਸਤਕ ਹੋਣ ਦਾ ਮੌਕਾ ਮਿਲਿਆ ਯਾਨੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਔਰ ਇਸੇ ਬਾਰੇ ਹੀ ਅੱਜ ਆਪਾਂ ਗੱਲ ਕਰਨੀ ਹੈ ਕਿਉਂਕਿ ਮੈਂ ਸੋਚਦਾ ਕਿ ਗਏ ਤਾਂ ਤੁਸੀਂ ਸ਼ਾਇਦ ਉੱਥੇ ਬਤੌਰ ਸ਼ ਪਰ ਤੁਹਾਡੇ ਅੰਦਰ ਦਾ ਪੱਤਰਕਾਰ ਵੀ ਘਰ ਨਹੀਂ ਛੱਡ ਕੇ ਗਏ ਹੋਵੋਗੇ ਉਹ ਵੀ ਤੁਹਾਡੇ ਨਾਲ ਹੀ ਗਿਆ ਹੋਣਾ ਹੈ ਬਿਲਕੁਲ ਜੀ ਬਿਲਕੁਲ ਤੋਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਜਗਿਆਸਾ ਹੋ ਰਹੀ ਸੀ ਕਿ ਲਾਕਡਾਊਨ ਜਦੋਂ ਹੋਇਆ ਕਰੋਨੇ ਦਾ ਤੇ ਉਸ ਤੋਂ ਬਾਅਦ ਇਹ ਲਾਂਘਾ ਖੁੱਲਿਆ ਤੇ ਤੁਸੀਂ ਉੱਥੇ ਗਏ ਹੋ ਤੇ ਕਿਵੇਂ ਲੱਗਿਆ ਸਾਰਾ ਮਾਹੌਲ ਜਿਾ ਤੁਹਾਨੂੰ ਤੇ ਉੱਥੇ ਜਿਹੜੇ ਉੱਥੇ ਜਿਹੜੇ ਲੋਕ ਪਾਕਿਸਤਾਨ ਦੇ ਵੀ ਤੁਹਾਨੂੰ ਕੁਝ ਮਿਲੇ ਹੋਣਗੇ ਇਹ ਸਾਰਿਆਂ ਦਾ ਵਿਵਹਾਰ ਸਾਰਾ ਕੀ ਤਰ੍ਹਾਂ ਸੀਗਾ ਜੇ ਤੁਸੀਂ ਆਪਦੇ ਚੰਦ ਸ਼ਬਦਾਂ ਨਾਲ ਉਹ ਸਾਰੇ ਦ੍ਰਿਸ਼ ਨੂੰ ਚਿੱਤਰ ਦਿਓ ਤਾਂ ਅਲੋੜਾ ਸਰ ਇਸ ਤਰ੍ਹਾਂ ਸੀਗਾ ਕਿ ਮੈਂ ਪਹਿਲਾਂ ਜਾਣਾ ਚਾਹੁੰਦਾ ਸੀ ਪਹਿਲਾਂ ਜਾ ਨਹੀਂ ਪਾਇਆ ਪਰ ਜੀਮਿਆਂ ਦੇ ਕਾਰਨ ਜਦੋਂ ਪਤਾ ਲੱਗਿਆ ਕਿ ਇਹ ਖੁੱਲ ਰਿਹਾ ਹੈ ਤਾਂ ਮੈਂ ਅਪਲਾਈ ਕੀਤਾ ਔਰ ਜੋ ਉੱਥੇ ਪਹੁੰਚ ਗਏ ਆਪਾਂ ਬਿਹਾਰ ਦੀ ਗੱਲ ਕਰੀਏ ਤਾਂ ਜਿਹੜੇ ਪਾਕਿਸਤਾਨ ਪੁਲਿਸ ਪਾਕਿਸਤਾਨ ਦੀ ਫੋਰਸ ਔਰ ਜਿਹੜੇ ਪਾਕਿਸਤਾਨ ਦੇ ਆਮ ਲੋਕ ਇਹਨਾਂ ਬਾਰਾਂ ਦਾ ਬਿਹਾਰ ਬਹੁਤ ਜਿਆਦਾ ਵਧੀਆ ਸੀ ਇੰਨਾ ਆਦਰ ਵਾਲਾ ਸੀ ਕਿ ਮੇਰਾ ਉੱਥੇ ਮੁੜਮੜ ਜਾਣ ਦੀ ਜੀ ਕਰ ਰਿਹਾ ਹੁਣ ਐਸਾ ਜੀ ਕਰ ਰਿਹਾ ਕਿ ਮੈਂ ਦੁਬਾਰਾ ਫਿਰ ਉੱਥੇ ਚਲਾ ਜਾਵਾਂ ਤੁਹਾਡਾ ਵਾਸ ਚੱਲੇ ਨਾ ਤੇ ਤੁਸੀਂ ਆਪਦਾ ਬੁਲਟ ਮੋਟਰਸਾਈਕਲ ਚੱਕ ਕੇ ਪਾਕਿਸਤਾਨ ਚ ਭਾਵੇਂ ਗੱਡੀ ਮਾਰੇ ਆ ਹੋ ਬਿਲਕੁਲ ਜੀ ਬਿਲਕੁਲ ਮੈਂ ਤਾਂ ਉੜਾਈ ਵੀ ਕਰ ਰਿਹਾ ਜੀ ਇਹ ਅੱਛਾ ਚਲੋ ਕੋਈ ਨਹੀਂ ਤੁਹਾਡੀ ਇਹ ਇਹ ਚਾਹਨਾ ਇਹ ਸਵਾਲ ਮੇਰੇ ਜ਼ੈਨ ਚ ਤਾਂ ਆਇਆ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਜਿਹਨੂੰ ਕੌਮੀ ਮੀਡੀਆ ਅਸੀਂ ਕਹਿ ਦਿੰਦੇ ਆ ਜਾਂ ਨੈਸ਼ਨਲ ਮੀਡੀਆ ਕਹਿ ਦਿੰਦੇ ਆ ਸਾਡੇ ਟੀਵੀ ਚੈਨਲਾਂ ਤੇ ਇੱਥੇ ਬਹੁਤ ਜ਼ਿਆਦਾ ਜ਼ਹਿਰ ਕੋਲਿਆ ਜਾਂਦਾ ਮੈਂ ਮੰਨਦਾ ਕਿ ਸਿਆਸੀ ਤੌਰ ਤੇ ਸਾਡੇ ਬੜੇ ਹੀ ਮਤ ਭੇਜਦੇ ਆ ਪਾਕਿਸਤਾਨ ਨਾਲ ਔਰ ਦਹਿਸ਼ਤਗਰਦੀ ਦੇ ਵੀ ਭਾਰਤ ਦੇ ਵਿੱਚ ਲਿਆਉਣ ਲਈ ਪਾਕਿਸਤਾਨ ਦੀ ਜਿਹੜੀ ਕੁਝ ਏਜੰਸੀਆਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਪਰ ਜਿਹੜੇ ਆਮ ਲੋਕ ਹੁੰਦੇ ਆ ਨਾ ਜੀ ਉਹਨਾਂ ਦਾ ਕੋਈ ਸਰਕਾਰਾਂ ਦੇ ਉੱਤੇ ਕੋਈ ਬਹੁਤਾ ਕੰਟਰੋਲ ਨਹੀਂ ਹੁੰਦਾ ਨਾ ਉਧਰਲੇ ਪਾਸੇ ਵਾਲਿਆਂ ਦਾ ਨਾ ਆਪਣੇ ਪਾਸੇ ਵਾਲ ਕਿ ਤੋਂ ਵੀ ਮਿਲਦਾ ਤੇ ਦਿਲ ਚ ਮੋਹ ਪਿਆਰ ਤਾਂ ਹੁੰਦਾ ਹੀ ਆ ਹੁਣ ਸਿਆਸਤਦਾਨ ਆਪਦਾ ਕੰਮ ਕਰਦੇ ਆਪਾਂ ਆਮ ਲੋਕਾਂ ਨੇ ਆਪਦਾ ਕੰਮ ਕਰਨਾ ਹੁੰਦਾ ਤਾਂ ਚਲੋ ਇਹ ਤਾਂ ਸਾਰਾ ਹੋ ਗਿਆ ਤੁਸੀਂ ਉੱਥੇ ਜਾ ਕੇ ਆਏ ਔਰ ਬੜਾ ਵਧੀਆ ਤੁਹਾਨੂੰ ਸਾਰਾ ਵਿਹਾਰ ਲੱਗਿਆ ਉੱਥੋਂ ਦੇ ਸਾਰੇ ਵਰਗ ਦੇ